ਕਿੰਨੇ ਸਾਲ 45 ਸਾਲ ਪੁਰਾਣਾ ਘਰ ਹੈ। ਹਾਂਜੀ ਇਹ ਆਹ ਵੇਖੋ ਆਹ ਬਰਸਾਤ 'ਚ ਟੁੱਟੀਆਂ ਥਮੀਆਂ ਇਹ ਰਸੋਈ ਬਣੀ ਸੀ ਸਾਡੀ। ਆਹ ਵੇਖੋ ਜਾਂ ਇੱਥੇ ਬਹਿ ਜਾਓ। ਹਾਂ ਆਹ ਡਬਲ ਮੰਜ਼ਲ ਬਣਿਆ ਹੈ ਨਾ, ਡਬਲ ਮੰਜ਼ਲ। ਹਾਂ ਆਹ ਵੇਖੋ ਆਹ ਕਾਹਦੀ ਲੱਕੜ ਆ, ਇਹ ਵੀ ਸਾਗਵਾਨ ਆ। ਸਾਗਵਾਨ ਆ, ਹਾਂਜੀ ਲੈ ਆਹ ਐਂ ਦੀ ਚੜੀ ਦਾ ਬਾਈ ਜੀ, ਆਹ ਪੌੜੀਆਂ ਇੱਥੇ। ਅੱਛਾ ਆਪ ਜਿੱਧਰ ਚੜਨਾ? ਹਾਂਜੀ ਇਹ ਦੂਜੀ ਮੰਜ਼ਲ ਆਏ। ਅੱਛਾ ਐਂ ਦੀ ਚੜੀ ਦਾ ਉੱਤੇ ਵੇਖੋ, ਆਹ ਵੇਖੋ। ਦਰਸ਼ਕੋ ਇੱਕ ਪਿੰਡ ਦੇ ਵਿੱਚ ਨਾ ਇੱਕੋ ਪੰਜਾਬੀ ਦਾ ਘਰ ਆ, ਤਕਰੀਬਨ 50-60 ਸਾਲ ਪੁਰਾਣਾ ਪੰਜਾਬੀਆਂ ਦਾ ਪਿੰਡ ਆ। ਇਹ ਹੈਗਾ ਵਾ ਦੋ ਨਦੀਆਂ ਦੇ ਵਿਚਕਾਰ, ਪਾਰਵਤੀ ਨਦੀ ਦੇ ਵਿਚਕਾਰ ਪਿੰਡ ਪੈਂਦਾ ਸੁੰਡਾ, ਜਿੱਥੇ ਹੜਾਂ ਦੇ ਨਾਲ ਹਰ ਵਾਰੀ ਡੋਬਿਆਂ ਦਾ ਪਿੰਡ, ਉੱਥੇ ਪੰਜਾਬੀਆਂ ਦੇ ਆਪਾਂ ਘਰੇ ਚੱਲੇ ਹਾਂ। ਹੋਰ ਵੀਰੇ ਕੀ ਹਾਲ ਨੇ, ਚੜ੍ਹਦੀ ਕਲਾ? ਚੜ੍ਹਦੀ ਕਲਾ ਬਾਈ ਅੰਗਰੇਜ਼, ਕੋਈ ਬਾਈ ਅੰਗਰੇਜ਼ ਆਪਣੇ ਨਾਲ ਮੱਧ ਪ੍ਰਦੇਸ਼ 'ਚ ਪੈਂਦਾ ਪਿੰਡ ਇਹ। ਹਾਂਜੀ 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 ਆਜੋ ਵੀਰੇ, ਗੱਲ ਹੈਗੀ ਹੈ ਯਾਰ, ਤੁਸੀਂ ਇੱਥੇ ਕਿਵੇਂ ਡੇਰਾ ਲਾਇਆ ਇੰਨੀ ਦੂਰ ਆ ਕੇ? ਵੇਖ ਲਓ ਡੇਰਾ ਲਾਇਆ, ਕਰਮਾਂ ਦਾ ਖੇਡ ਆ ਸਾਰਾ ਆ ਕੇ। ਅਤੇ ਜ਼ਮੀਨ 'ਚ ਖੇਤੀ ਕਰਦੇ ਹੋ? ਹਾਂਜੀ ਖੇਤੀ ਕਰਦੇ ਹਾਂ। ਅਤੇ ਛੱਤ ਖਾਈ ਵਰਗੋ ਤੁਸੀਂ ਆਪਣਾ ਇੱਧਰਲੇ ਪਾਸੇ ਜਸ਼ਦੀਪ, ਇਹ ਕਿਹਨੇ ਪਾਇਆ ਸੀ ਘਰ? ਇਹ ਬਾਪੂ ਜੀ ਹੋਣਾਂ ਨੇ ਪਾਇਆ ਕਿ ਪਹਿਲਾਂ ਹੀ 45 ਸਾਲ ਪੁਰਾਣਾ ਘਰ ਆ ਇਹ। 45 ਸਾਲ ਪੁਰਾਣਾ ਇਹ? ਹਾਂਜੀ ਹਾਂਜੀ ਯਾਰ, ਕਲਾਕਾਰੀ ਬਹੁਤ ਦਿਖਾਈ ਆ ਹੈ, ਔਰ ਗੱਲ ਤਾਂ ਕਰਵਾ ਉਨੀ ਉਹਨਾਂ ਦੀ ਵੱਡੀ ਆ। ਹਾਂ ਜਿਨ੍ਹਾਂ ਨੇ ਕਿੱਥੇ ਆਇਆ, ਹੁਣ ਤਾਂ ਚੱਲ ਫਿਰ ਵੀ ਮੋਬਾਈਲ ਹੈਗਾ, ਉਦੋਂ ਮੋਬਾਈਲ ਕਿੱਥੇ? ਉਦੋਂ ਮੋਬਾਈਲ ਕਿੱਥੇ ਸੀਗੇ ਜਦੋਂ ਉਹਨਾਂ ਨੇ ਇੱਥੇ ਆ ਕੇ ਡੇਰਾ ਲਾਇਆ ਹੈ? ਔਰ ਆ ਛੱਤ ਕਾਹਦੀ ਲੱਕੜ ਕਾਹਦੀ ਦੀ ਆ? ਇਹ ਸਾਗਵਾਨ ਦੀ ਲੱਕੜ ਆ ਬਾਈ ਜੀ। ਸਾਗਵਾਨ? ਹਾਂਜੀ। ਤੇ ਲੈ ਲੈ ਲੋਕਾਂ ਦੀ ਰੀਝ ਆ ਸਾਗਵਾਨ ਦੇ ਕਦੇ ਦਰਵਾਜ਼ੇ ਲਵਾਵਾਂਗੇ ਤੁਹਾਨੂੰ ਅੰਦਰ ਸਿਸਟਮ ਹੋਰ ਆ ਯਾਰ, ਬਹੁਤ ਸੋਹਣਾ ਲੱਗਿਆ ਮੈਨੂੰ। ਅੱਛਾ ਆ ਜਾਓ ਅੰਦਰ ਹੋਰ। ਕਿੰਨੇ ਸਾਲ? 45 ਸਾਲ ਪੁਰਾਣਾ ਘਰ ਹੈ? ਹਾਂਜੀ ਇਹ ਆ ਵੇਖੋ ਆ ਬਰਸਾਤ 'ਚ ਟੁੱਟੀਆਂ ਥਮੀਆਂ ਇਹ ਰਸੋਈ ਬਣੀ ਸਾਡੀ। ਅੱਛਾ ਹੜਾਂ 'ਚ ਆਇਆ ਟੁੱਟ ਗਈ ਇਹ? ਆ ਵੇਖੋ ਆ ਥਮੀ ਲਾਈ ਫਿਰ ਬਰਸਾਤ 'ਚ ਮੈਂ ਪਾਣੀ ਦੇ ਵਿੱਚ। ਇਹ ਮਤਲਬ ਫਿਰ ਜਦੋਂ ਹੜ ਆਉਂਦੇ ਕਿੱਥੇ ਰਹਿੰਦੇ ਹੋ? ਉਹ ਇਹੋ ਤੁਹਾਨੂੰ ਦੱਸ ਕੇ ਤਾਂ ਲਿਆ ਆ, ਰੁੱਖਾਂ ਰੱਖਾਂ 'ਤੇ ਗੁਜ਼ਾਰਾ ਜਿਹੜਾ ਪੇਪਰ। ਹਾਂਜੀ 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 ਉਹਨਾਂ 'ਤੇ, ਉਹਦੇ ਬੋਰਡ 'ਤੇ ਰਹਿੰਦੇ ਹੋ ਫਿਰ? ਆ ਵੇਖੋ ਜਾਂ ਇੱਥੇ ਬਹਿ ਜਾਓ। ਹਾਂ ਆਹ ਡਬਲ ਮੰਜ਼ਲ ਬਣਿਆ ਹੈ ਨਾ, ਡਬਲ ਮੰਜ਼ਲ। ਹਾਂ ਆਹ ਵੇਖੋ ਆਹ ਕਾਹਦੀ ਲੱਕੜ ਆ? ਇਹ ਵੀ ਸਾਗਵਾਨ ਆ। ਸਾਗਵਾਨ ਆ, ਹਾਂਜੀ ਲੈ ਆਹ ਐਂ ਦੀ ਚੜੀ ਦਾ ਬਾਈ ਜੀ, ਆਹ ਪੌੜੀਆਂ ਇੱਥੇ। ਅੱਛਾ ਆਪ ਜਿੱਧਰ ਚੜਨਾ? ਹਾਂਜੀ ਇਹ ਦੂਜੀ ਮੰਜ਼ਲ ਆਏ ਐਂ ਦੀ ਚੜੀ ਦਾ ਉੱਤੇ ਵੇਖੋ। ਆਹ ਵੇਖੋ ਗੁਰਦਾਸਪੁਰ ਦੇ ਰਹਿਣ ਵਾਲੇ, ਕਿਲਾ ਲਾਲ ਸਿੰਘ ਪਿੰਡ ਸਾਡਾ ਗੁਰਦਾਸਪੁਰ ਵਾਲੇ ਪਾਸੇ। ਹਾਂਜੀ ਸਾਰੇ ਤਾਏ ਹੋਣੀ ਸਾਰੇ ਉੱਥੇ ਹੀ ਆ ਗਏ ਆਪਣੇ, ਇੱਥੇ ਤੇ ਅਸੀਂ ਆ ਕੱਲੇ ਹੀ। ਅੱਛਾ ਜਿੱਥੇ ਆਪਣੇ ਸਿੰਘਾਂ ਦਾ ਹੀ ਡੇਰਾ ਇੱਥੇ ਸਭਾ ਲੱਗਿਆ। ਵੇਖੋ ਆ ਬਰਸਾਤ 'ਚ ਬੂਹਾ ਟੁੱਟਿਆ ਸੀ ਆ। ਚਾਨਣ ਹੋ ਗਿਆ, ਲਿਆ ਉਤਲੀ ਛੱਤ ਤੇ ਆ ਗਏ ਆਪਾਂ। ਲੈ ਇਹ ਉਤਲੀ ਛੱਤ ਆ ਇਹ ਬਾਈ, ਰਹਿਣ ਦਾ ਸਵਾਦ ਗੱਲ ਹੈਗੀ ਠੀਕ ਹੈ ਕਿ ਪੈਸਾ ਧੇਲੇ ਪੱਖੋਂ ਬੰਦਾ ਕਿਵੇਂ ਮਰਜ਼ੀ ਆ, ਪਰ ਹਾਂਜੀ ਹਾਂਜੀ ਰਹਿਣ ਵਾਲਾ ਰਹਿਣ ਦਾ ਤਾਂ ਸਿਸਟਮ ਠੀਕ ਹੀ ਆ, ਰਹਿਣ ਦਾ ਤਾਂ ਠੀਕ ਆ। ਆ ਯਾਰ ਇੱਧਰਲੇ ਬਸ ਆਹ ਘਰ ਆ ਗਿਆ ਤਾਂ, ਉੱਤੋਂ ਖਪਰਾਂ ਦੀ ਛੱਤ ਹੈ ਨਾ? ਹਾਂਜੀ ਹਾਂਜੀ ਉੱਤੇ ਕੋਲੀ ਚੜੇ ਹੈਗੇ ਸਾਰੇ। ਅਤੇ ਬਾਈ ਅੰਗਰੇਜ਼ ਤੁਹਾਨੂੰ ਮੈਂ ਗੱਲ ਦੱਸਦਾ, ਹਾਂਜੀ ਬਹੁਤ ਸਾਰੇ ਬੰਦੇ ਨਾ ਇਹੋ ਜਿਹੀਆਂ ਥਾਵਾਂ 'ਤੇ ਰਹਿਣ ਲਈ ਲੱਖਾਂ ਰੁਪਈਆ ਖਰਚਦੇ ਆ ਵੀ ਅਸੀਂ ਛੁੱਟੀਆਂ ਪੰਜਾਬੋਂ ਫਰਾਉਣੇ ਆਉਂਦੇ ਆਉਂਦੇ ਤੁਹਾਡੇ ਅੰਦਰ ਹੀ ਬੜੇ ਏਸੀ ਵਾਂਗੂ ਠੰਡੇ ਆ। ਅੱਛਾ ਹਾਂਜੀ ਪੰਜਾਬੋਂ ਦੇ ਜਿਹੜੇ ਆਪਣੇ ਬੰਦੇ, ਇੱਕ ਚੰਡੀਗੜ੍ਹੋਂ ਆਇਆ ਸੀ ਮੁੰਡਾ ਅਤੇ ਉਹ ਇੱਥੇ ਹੀ ਲੰਮੇ ਪੈ ਗਿਆ, ਆਉਂਦਾ ਯਾਰ ਤੁਹਾਡੀ ਛੱਤ ਦੇ ਵਿੱਚ ਕੀ ਸਿਸਟਮ ਆ? ਅੱਛਾ ਮੈਂ ਇਹ ਛੱਤ ਬੜੀ ਠੰਡੀ ਸਾਡੀ, ਕਹਿ ਵੀ ਇਹ ਤਾਂ ਲੱਖ ਰੁਪਈਏ ਰਾਤ ਦੇ ਹਿਸਾਬ ਨਾਲ ਦੇਣ ਵਾਲੀ ਛੱਤ ਆ। ਠੀਕ ਆ ਗੱਲਬਾਤ। ਅਤੇ ਹੋਰ ਬਾਈ ਅੰਗਰੇਜ਼ ਖੇਤੀਬਾੜੀ ਫਿਰ ਕੀ ਬੀਜਦੇ ਕਰਦੇ ਹੋ? ਸਰੋਂ ਜਾਂ ਛੋਲੇ ਜਾਂ ਕਣਕ। ਅਤੇ ਫਿਰ ਲਾਈਟ ਲੂਟ ਆ ਜਾਂਦੀ ਆ? ਆਹੋ ਲਾਈਟ ਉਦੋਂ ਜੇ ਦਿੰਦਾ ਮੁੰਡਾ ਸਹੀ ਕੇ, ਹੁਣ ਤਾਂ ਲਾਈਟ ਤੁਸੀਂ ਵੇਖਣ ਡਾ ਜਿੰਨੀ ਕੁ ਆਉਣ ਡਈ ਆ। ਅੱਛਾ ਅੱਛਾ
ਉਹ ਸਹੀ ਆ ਜਾਂਦੀ ਹੈ, ਆ ਜਾਂਦੀ ਹੈ ਲੈਟ। ਹਾਂ ਲੈਟ ਤਾਂ ਵਧੀਆ ਦਿੰਦਾ ਖੈਰ ਉਹ। ਹਾਂ ਲੈਟ ਠੀਕ ਆ, ਹੁਣ ਤਾਂ ਸਰਕਾਰ ਵੀ ਬਦਲ ਲਈ ਤੁਸੀਂ। ਹੋਰ ਹੈਂ ਸਰਕਾਰ ਵੀ ਬਦਲੀ ਹੋ ਗਈ ਨਾ? ਸਰਕਾਰ ਤਾਂ ਨਹੀਂ ਬਦਲੀ, ਮੁੱਖ ਮੰਤਰੀ ਕੋ ਬਦਲਿਆ ਇਕੱਲਾ। ਹਾਂ ਹਾਂ ਬਸ ਬਸ, ਉਹ ਵੀ ਉਹਨਾਂ ਨੇ ਬਦਲਿਆ, ਆਪਣਾ ਜ਼ੋਰ ਕੋਈ ਨਹੀਂ ਉਹਦੇ, ਆਪਣੇ ਕੋਈ ਜ਼ੋਰ ਨਹੀਂ, ਆਪਣੀ ਪੇਸ਼ ਹੀ ਨਹੀਂ ਚੱਲਣੀ ਉੱਥੇ ਤੇ, ਆਪਣੀ ਪੇਸ਼ ਹੀ ਨਹੀਂ ਚੱਲਦੀ, ਆਪਣੇ ਕੋਲ ਤਾਂ ਇੱਕ ਬੋਟ ਆ ਉਹ ਪਾ ਜਾਂਦੇ ਆ ਬਸ ਬਸ। ਆ ਦਰਵਾਜੇ ਦਰੂਜੇ ਕਾਹਦੇ ਦਰਵਾਜੇ? ਇਹ ਵੀ ਸਾਗਵਾਨ ਦੇ, ਲੱਕੜ ਸਾਗਵਾਨ ਦੀ ਸਾਰੀ, ਸਾਗਵਾਨ ਹੀ ਆ ਸਾਰਾ, ਸਾਗਵਾਨ ਆ ਸਾਗਵਾਨ ਆ। ਇਹ ਇਹ ਜਿਹੜਾ ਤੁਸੀਂ ਬੋਟ ਥੱਲੇ ਗਏ ਹੈ ਨਾ, ਉਹਦੇ ਥੱਲੇ ਕਾਰੀਗਰ ਹੁੰਦਾ ਸੀ, ਉਹ ਮਰ ਗਿਆ ਬਰਸਾਤ 'ਚ, ਇਲਾਜ ਬਿਨਾਂ ਹੀ ਮੁੱਕ ਗਿਆ ਸੀ ਉਹ। ਅੱਛਾ, ਉਹਦੇ ਗਲੇ 'ਚ ਨਾ ਕੁਛ ਇਨਫੈਕਸ਼ਨ ਹੋ ਗਿਆ ਸੀ, ਉਹਦੇ ਕਰਕੇ ਨਦੀਆਂ ਜ਼ਿਆਦਾ ਚੜ੍ਹਨ ਕਰਕੇ ਉਹਦੀ ਮੌਤ ਹੋ ਗਈ ਵਿਚਾਰੇ ਦੀ। ਕਿਆ ਘਰ ਬਾਹਰਲੇ ਪਾਸੇ ਮਾਹੌਲ ਹੈ ਨਾ? ਇਹ ਗੁਜਰਾਂ ਦਾ ਮੁੰਡਿਆਂ ਦਾ ਘਰ ਸਾਹਮਣੇ ਜਿਹੜਾ ਨਾ, ਤੇ ਇਹ ਵੀ ਵੇਖ ਲਓ ਵਿਚਾਰੇ ਪਰੇਸ਼ਾਨ ਹੀ ਆ ਕੇ, ਵੇਖੋ ਉੱਤੇ ਪੰਨੀਆਂ ਚੜੀਆਂ ਤਾਂ। ਬਿਲਕੁਲ ਬਿਲਕੁਲ, ਔਖਾ ਹੀ ਰਹਿਣ ਸਹਿਣ, ਰੰਗ ਰੂੰਗ ਕਰਕੇ ਸਜਾ ਕੇ ਬਹੁਤ ਰੱਖਦੇ ਬਸ ਬਸ, ਉਹ ਰੰਗ ਰੋਗ ਨਹੀਂ ਮੰਨ ਲਓ, ਉਤਲੀ ਛੱਤਾਂ ਦਾ ਸਿਸਟਮ ਸਾਰਾ ਵੇਖ ਲਿਆ ਤੁਸੀਂ, ਰੰਗ ਰੋਗਨ ਕਰਕੇ ਨਾ ਉਹ ਜਚਾ ਕੇ ਰੱਖਦੇ। ਚਲੋ ਤੁਹਾਨੂੰ ਮੈਂ ਉਧਰ ਵਾੜੇ 'ਚ ਘੁਮਾ ਕੇ ਲਿਆ, ਵਾੜੇ 'ਚ ਲਈ ਆਜੋ, ਵਾੜੇ 'ਚ ਚੱਲਦੇ ਹਾਂ। ਐਂ ਦੀ ਆਉਂਦਾ ਬਾਈ ਜੀ ਪਾਣੀ ਉਹ, ਹਾਂ ਆਪਣੀ ਟਰੈਕਟਰ ਖਲੋਤਾ ਨਾ ਪਿੱਛੇ। ਅੱਛਾ ਅੱਛਾ, ਉੱਥੋਂ ਘਰ ਆ ਗਿਆ ਡਬਲ ਛੱਤ। ਹਾਂ ਹਾਂ, ਇਹ ਡਬਲ ਛੱਤ ਵਾਲਾ ਆਪਣਾ ਹੀ ਆ ਗਿਆ ਇਹ। ਆਹ ਬੁੱਢੀ ਵਿਚਾਰੀ ਬਰਸਾਤਾਂ 'ਚ ਭੱਜ ਗਈ ਆ। ਅੱਛਾ, ਇਹਦਾ ਟੱਟ ਟੁੱਟ ਗਿਆ ਸੀ ਸਾਰਾ ਕੁਛ, ਕੰਧਾਂ ਕੁੰਧਾਂ ਟੱਠੀਆਂ ਉਹਦੇ ਆ ਬੰਨ ਕੇ ਗਈ ਆ, ਮਾੜੀ ਮੋਟੀ ਲਾ ਗਈ ਲੰਗੋਟੀਆਂ। ਅੱਛਾ, ਕਿੱਧਰ ਚਲੇ? ਆਹ ਵੇਖੋ ਆਹ ਟੱਠਾ ਮਕਾਨ, ਆਹ ਬਰਸਾਤ 'ਚ ਟੱਠਾ ਹੀ ਸਾਡੇ ਸਾਹਮਣੇ ਦੀ ਗੱਲ ਆ। ਅੱਛਾ, ਹੁਣ ਦੀ ਗੱਲ ਹੀ ਆ, ਇਹ ਅਰਕਾਂ ਦੀ ਗੱਲ ਆ ਗਏ। ਆਹ ਵੇਖੋ ਹੁਣ ਆਹ ਟਰੈਕਟਰ ਨਹੀਂ ਖਲੋਤਾ ਆਪਣਾ, ਤੇ ਆਹ ਨੇਮੇ ਆ ਬਾਈ ਜੀ ਇੱਥੇ ਟਰੈਕਟਰ। ਆਹ ਮੈਂ ਟਰੈਕਟਰ ਦਾ ਪਾਣੀ ਦੇ ਕਰਕੇ ਕੀਤਾ ਸੀ ਸਿਸਟਮ। ਅੱਛਾ, ਇਹਦੇ ਉੱਤੇ ਚੜਾ ਕੇ ਤੇ ਇੱਥੇ ਮੈਂ ਤਾਰਾਂ ਨਾਲ ਬੰਨਿਆ ਸੀ ਇਹੋ ਟਰੈਕਟਰ ਨੂੰ। ਅੱਛਾ, ਆਹ ਟਰੈਕਟਰ ਨੂੰ ਇੱਥੇ ਪਾਣੀ ਦੇ ਰੱਸੇ ਨਾਲ ਬੰਨਿਆ? ਹਾਂ, ਤੇ ਆਹ ਜਿਹੜਾ ਪੱਖਾ ਨਾ ਇਹ ਪਾਣੀ ਦੇ ਵਿੱਚ ਪੂਰਾ ਡੁੱਬਿਆ। ਆਹ ਵੇਖੋ ਨਿਸ਼ਾਨੀ ਲੱਗੀ, ਅਜੇ ਮਿੱਟੀ ਨਹੀਂ ਲਾਈ ਅਸੀਂ, ਆਹ ਤੂੜੀ ਤਾੜੀ ਇੱਧਰ ਪਾਈ ਦੀ ਸੀ ਨਾ ਮਕਾਨਾਂ 'ਚ, ਅਜੇ ਮਿੱਟੀ ਨਹੀਂ ਲਾਈ, ਉਤਰਾ ਹੀ ਨਿਸ਼ਾਨੀ ਲੱਗੀ। ਵੇਖੋ ਜਿੰਨਾ ਜਿੰਨਾ ਪਾਣੀ ਚੜਿਆ ਉਹ ਮਕਾਨ ਡਿੱਗਾ ਸੀ ਅਗਲੀ ਵਾਰਾਂ। ਇੱਥੇ ਇਹੋ ਜਿਹਾ ਮਕਾਨ ਇੱਧਰ ਹੁੰਦਾ ਸੀ ਇੱਥੇ। ਅੱਛਾ, ਉਹ ਡਿੱਗ ਪਿਆ, ਇਹ ਵੀ ਡਿੱਗ ਪਿਆ, ਲੈ ਇੰਨਾ ਨਾ ਪਾਣੀ ਦੇ। ਆਹ ਪਾਣੀ ਵੇਖ ਲਓ ਬਾਈ ਜੀ, ਆਉਂਦਿਆ ਸਾਡੀਆਂ ਟੂਟੀਆਂ ਦਿਖਣ ਡਿਆਣਾ ਤੁਹਾਨੂੰ, ਚਾਲੂ ਆ, ਬੰਦ ਨਹੀਂ ਹੈ ਇਹ, ਬਸ ਇਹ ਬੂੰਦ ਬੂੰਦ ਇਕੱਠਾ ਕਰਨਾ, ਬਸ ਬਸ ਇਹ ਬੂੰਦ ਬੂੰਦ ਇਕੱਠਾ ਕਰਨਾ ਪੈਣਾ। ਹਕੀਕਤ ਹੀ ਹੈ, ਮਜ਼ਾਕ ਵਾਲੀ ਗੱਲ ਕੋਈ ਨਹੀਂ, ਨਹੀਂ ਜਮਾ ਸਹੀ ਆ ਬਈ, ਦਿਸੀ ਜਾਂਦਾ ਵਾ। ਆਹ ਵੇਖੋ ਅਸੀਂ ਪਾਣੀ ਨਾ ਨਹਾਉਣ ਤੁਹਾਨੂੰ ਆ ਐਕਸਟਰਾ ਭਰ ਲਈਦਾ, ਜੇ ਨਹਾਉਣਾ ਤਾਂ ਇਹਚੋਂ ਕੱਢ ਲਓ, ਨਹੀਂ ਤਾਂ ਟੂਟੀ ਟਾਟੀ ਦਾ ਕੋਈ ਸੰਬੰਧ ਨਹੀਂ ਹੈਗਾ, ਆ ਜੇ ਤਾਂ ਠੀਕ ਹੈ, ਨਹੀਂ ਤਾਂ ਕੁਛ ਨਹੀਂ ਆ। ਔਖੀ ਆ ਜ਼ਿੰਦਗੀ? ਹਾਂ ਔਖੀ ਬਹੁਤ ਹੈ ਜ਼ਿੰਦਗੀ, ਔਖੀ ਆ ਜ਼ਿੰਦਗੀ ਵੀ, ਬਹੁਤ ਮੁਸ਼ਕਿਲ ਹੈ ਨਾ, ਬਹੁਤ ਮੁਸ਼ਕਿਲ ਆ। ਆਹ ਵੇਖੋ ਇੱਕ ਟਾਣੀ ਹੋਰ ਹੁੰਦੀ ਸੀ ਇੱਧਰਲੇ ਬੰਨੇ, ਉਹ ਜਦੋਂ ਆਈ ਨਾ ਬਰਸਾਤ ਤੇ ਜਦੋਂ ਮੀਂਹ ਪਿਆ ਤੇ ਉੱਤੇ ਵਾ ਚੱਲੀ, ਉਹ ਟਾਣੀ ਡਿੱਗੀ, ਉਹਦੇ ਵੱਢ ਵੁੱਢ ਕੇ ਇਹਨਾਂ ਨੇ ਇੱਧਰ ਰੱਖ ਲਈ ਮੁੰਡਿਆਂ ਨੇ, ਨਹੀਂ ਤੇ ਉਹ ਵੀ ਸੇਮ ਹੀ ਤੁਹਾਨੂੰ ਇੱਥੇ ਦਿਸ ਜਾਣੀ। ਆਹ ਥੜਾ ਉਦੋਂ ਦਾ ਹੀ ਬਣਿਆ ਬਾਈ ਜੀ, ਆਹ ਟਰੈਕਟਰ ਖੜਾਇਆ ਸੀ ਆਪਾਂ, ਇਹਦੇ ਉੱਤੇ ਟਰੈਕਟਰ ਚੜਾਇਆ, ਬਰਸਾਤ 'ਚ ਬਣਾਇਆ ਆਇਆ ਮੈਂ, ਪੱਥਰ ਚੁੱਕ ਚੁੱਕ ਕੇ ਲਿਆ ਕੇ ਫਿਰ ਉੱਤੇ ਚੜਾ ਕੇ, ਤੇ ਆਹ ਮੁੰਡੇ ਸਾਰੇ ਆਏ ਇਹਨਾਂ ਨੇ ਬਣਵਾਇਆ, ਨਹੀਂ ਤੇ ਇਹ ਪਿੱਛੋਂ ਤੇ ਐਂ ਕਰਨ ਡਿਆ ਸਾਰਾ ਤੇ ਪਾਣੀ 'ਚ, ਇਹਨਾਂ ਨਾਲ ਪਾਣੀ ਹੋਊ ਲਗਭਗ ਇੱਥੇ। ਆਹ ਨਦੀ ਨਾ ਸੰਪਰਕ ਆ ਨਾ, ਐਂ ਨੂੰ ਨਵਾਣ ਆ, ਤੇ ਆਹ ਸਿੱਧਾ ਹੀ ਉਹ ਨਦੀ ਦਾ ਕੰਢਾ ਕੰਢਾ, ਰੋਡ ਦਾ ਕੰਢਾ ਕੰਢਾ, ਐਂ ਦੀ ਆ ਜਾਂਦਾ ਇੱਥੇ, ਤੇ ਨਾ ਕੋਈ ਰੋਡ ਆ। ਰੋਡ ਤਾਂ ਹੈ ਨਹੀਂ, ਅਸੀਂ ਆਏ ਆ ਰਾਹ 'ਚ ਦਿਖਾਇਆ, ਨਾ 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 ਨਾ, ਰੋਡ ਬਹੁਤ ਮਾੜਾ ਯਾਰ ਉਹ ਤਾਂ। ਆਹ ਸਾਡੀ ਖੇਤੀ ਆ ਬਾਈ ਜੀ, ਆਹ ਵੇਖ ਲਓ ਕਣਕ ਚੰਗੀ ਆ। ਹਾਂ ਕਣਕ ਠੀਕ ਆ, ਹੈਂ ਖੇਤੀ ਖਾਤੀ ਤਾਂ ਚਲੋ ਠੀਕ ਹੋ ਜਾਂਦੀ, ਆਪਾਂ ਜੇ ਕਮਾਈ ਕਰਾਂਗੇ ਤਾਂ ਰੱਬ ਕੁਛ ਨਾ ਕੁਛ ਦਊਗਾ ਹੀ, ਦਿੰਦਾ ਹੀ ਉਹ ਤਾਂ, ਉਹ ਤਾਂ ਕਿਰਤੀ ਖੁਣੋ ਤਾਂ ਆਪਣਾ। ਪਰ ਰਹਿਣ ਦੀ ਸਭ ਤੋਂ ਵੱਡੀ ਪਰੇਸ਼ਾਨੀ ਤੇ ਸਭ ਤੋਂ ਬਰਸਾਤ ਦੇ ਵਿੱਚ ਤੇ ਬਹੁਤ ਹੀ ਪਰੇਸ਼ਾਨੀ ਹੋਣੀ, ਪਰੇਸ਼ਾਨੀ ਹੋਣ ਕਿਹੜਾ ਸੁੱਖ ਆ। ਹਾਂ ਪਾਣੀ ਲੈ ਬੂੰਦ ਬੂੰਦ ਆਉਂਦਾ, ਬੂੰਦ ਬੂੰਦ ਆਉਂਦਾ ਪਾਣੀ, ਜੇ ਕਿਤੇ ਕੋਈ ਚਾਰ ਪਰੌਣੇ ਆ ਜਾਣ ਤੇ ਭਾਵੇਂ ਹਸਵਣਾ ਹੀ ਹੋ ਜੇ ਲੋਕਾਂ ਦਾ, ਇਹ ਆ ਬਿਮਾਰੀ। ਚਮਾ ਸਹੀ ਆ, ਠੀਕ ਆ ਬਾਈ, ਧੰਨਵਾਦ ਤੁਹਾਡਾ। ਵੀ ਦਰਸ਼ਕੋ ਮੈਂ ਦੱਸਦਿਆਂ ਵੀ ਆਪਣੇ ਪੰਜਾਬੀਆਂ ਦੀਆਂ ਐਂ ਸਖਤ ਮਿਹਨਤਾਂ ਵਾਂ, ਤੇ ਵਾਹਿਗੁਰੂ ਕਰੇ ਕਿਰਪਾ ਤਾਂ ਸਾਰਾ ਕੁਛ ਹੋ ਸਕਦਾ ਹੁੰਦਾ ਕਿ ਨਹੀਂ। ਹੌਸਲੇ ਨਾ, ਹੌਸਲਾ ਹੌਸਲੇ ਨਾ, ਹੌਸਲੇ ਨਾ, ਹੌਸਲੇ ਨਾ, ਬਿਲਕੁਲ। ਕਿਰਪਾ ਨੂੰ ਪੰਜਾਬੀਆਂ ਨੂੰ ਸਿੰਧੀਆ ਪਰਿਵਾਰ ਲੈ ਕੇ ਆਇਆ ਸੀ ਇੱਥੇ, ਹੈ ਨਾ? ਹਾਂਜੀ ਹਾਂਜੀ, ਵੀ ਜਿਵੇਂ ਨਾ ਜਦੋਂ ਆਬਾਦ ਹੋਈਆਂ। ਹਾਂਜੀ ਹਾਂਜੀ, ਉਹ ਸਿੰਧੀਆ ਪਰਿਵਾਰ ਲੈ ਕੇ ਆਇਆ ਸੀ, ਤੁਸੀਂ ਆਓ, ਤੁਸੀਂ ਉਹ ਝਾਲ ਝਾਲ ਸਕਦੇ ਆ। ਹਾਂਜੀ ਹਾਂਜੀ, ਉਹਨਾਂ ਦੇ ਝੱਲਣ ਡਏ ਆ ਕਿ 45 ਸਾਲ ਦੇ ਪੁਰਾਣੇ ਝਾੜ ਝੱਲੀ ਜਾਂਦੇ ਹੌਲੀ ਹੌਲੀ, ਇਹੀ ਝਾਲ ਝੱਲਦੇ ਆ।
ਤੇ ਧੰਨਵਾਦ ਭਰਾ, ਮਿਹਰਬਾਨੀ। ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਧੰਨਵਾਦ। ਚਲੋ।